ਇਹਨਾਂ ਤਿੰਨ ਨੌਜਵਾਨਾਂ ਦੀ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹਨਾਂ ਦੀ ਜਾਨ ਭੰਗ ਦੇ ਭਾਣੇ ਚਲੀ ਗਈ। ਦਰਅਸਲ ਇਹ ਤਿੰਨੇ ਨੌਜਵਾਨ ਫੋਟੋਗ੍ਰਾਫਰ ਨੇ, ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਸੀ ਅਤੇ ਇੱਕ ਮੈਰਿਜ ਪੈਲਸ ਦੇ ਬਾਹਰ ਡਿਊਟੀ ਕਰਨ ਤੋਂ ਬਾਅਦ, ਯਾਨੀ ਕਿ ਤਸਵੀਰਾਂ ਖਿੱਚਣ ਤੋਂ ਬਾਅਦ ਇਹ ਬਾਹਰ ਖੜ੍ਹੇ ਹੋਏ ਸੀ ਤਾਂ ਦੇਰ ਰਾਤ ਦੋ ਟਰੱਕ ਆਪਸ ਦੇ ਵਿੱਚ ਟਕਰਾਉਂਦੇ ਨੇ ਅਤੇ ਬੇਕਾਬੂ ਹੋ ਕੇ ਸਦਾ ਇਹਨਾਂ ਦੇ ਵਿੱਚ ਆ ਕੇ ਵੱਜਦੇ ਨੇ ਅਤੇ ਇਹਨਾਂ ਨੂੰ ਦਰੜ ਦਿੰਦੇ ਨੇ, ਜਿਸ ਕਰਕੇ ਤਿੰਨਾਂ ਦੀ ਹੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਤਾਂ ਬਹੁਤ ਹੀ ਮੰਦਭਾਗੀ ਖਬਰ ਹੈ। ਪੌਂਟਾ ਸਾਹਿਬ ਹਾਈਵੇ ਤੋਂ ਯਮੁਨਾਨਗਰ ਨੇੜਿਓਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਤਿੰਨ ਨੌਜਵਾਨਾਂ ਦੀ ਤਾਜ ਪੈਲਸ ਦੇ ਬਾਹਰ ਮੌਤ ਹੋ ਗਈ ਹੈ। ਦਰਅਸਲ ਦੋ ਟਰੱਕ ਆਪਸ ਦੇ ਵਿੱਚ ਟਕਰਾਉਂਦੇ ਨੇ, ਸਿੱਧਾ ਆ ਕੇ ਇਹਨਾਂ ਫੋਟੋਗ੍ਰਾਫਰਾਂ ਦੇ ਵਿੱਚ ਵੱਜਦੇ ਨੇ, ਜਿਸ ਕਰਕੇ ਇਹਨਾਂ ਦੀ ਜਾਨ ਚਲੀ ਜਾਂਦੀ ਹੈ। ਤਾਂ ਸੜਕ ਕਿਨਾਰੇ ਖੜ੍ਹੇ ਸੀ, ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਦੀ ਮੌਤ ਇੰਜ ਜਾਵੇਗੀ। ਤਾਂ ਤਿੰਨਾਂ ਦੇ ਤਿੰਨੇ ਦੋਸਤ ਮੌਕੇ 'ਤੇ ਹੀ ਇਹਨਾਂ ਦੀ ਜਾਨ ਚਲੀ ਜਾਂਦੀ ਹੈ। ਹਾਦਸਾ ਤੁਹਾਨੂੰ ਦੱਸ ਦਈਏ, ਛਛਰੌਲੀ ਪੌਂਟਾ ਸਾਹਿਬ ਨੈਸ਼ਨਲ ਹਾਈਵੇ 'ਤੇ ਹੋਇਆ ਹੈ। ਦੋ ਟਰੱਕਾਂ ਦੀ ਪਹਿਲਾਂ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਉਹ ਟਰੱਕ ਸਿੱਧਾ ਇਹਨਾਂ ਨੂੰ ਦਰੜਦੇ ਹੋਏ ਕੰਧ 'ਚ ਵੱਜਦੇ ਨੇ, ਜਿਸ ਕਰਕੇ ਇਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਤਿੰਨੇ ਨੌਜਵਾਨਾਂ ਦੀ ਪਹਿਚਾਣ ਹੋ ਗਈ ਹੈ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਅੰਬਾਲਾ ਕੈਂਟ ਦਾ ਰਹਿਣ ਵਾਲਾ ਦੱਸਿਆ ਹੈ ਅਤੇ ਦੋ ਜਿਹੜੇ ਬਾਕੀ ਨੌਜਵਾਨ ਨੇ ਉਹ ਯਮੁਨਾਨਗਰ ਦੇ ਦੱਸੇ ਜਾ ਰਹੇ ਨੇ। ਤਾਂ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਕਰਕੇ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ, ਪਰਿਵਾਰਕ ਮੈਂਬਰਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ। ਅਤੇ ਤਾਂ ਦੱਸ ਦਈਏ ਕਿ ਫੋਟੋਗ੍ਰਾਫਰ ਵਿਆਹ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਆਏ ਸੀ, ਇਹਨਾਂ ਦੀ ਇਹਨਾਂ ਨੇ ਕੰਮ ਫੜਿਆ ਸੀ ਇਸ ਮੈਰਿਜ ਦਾ, ਜਿਹੜੀ ਕਿ ਤਾਜ ਦੇ ਵਿੱਚ ਹੋਣੀ ਸੀ। ਤਾਂ ਫੰਕਸ਼ਨ ਪੂਰਾ ਭੁਗਤਾ ਕੇ ਫੋਟੋਆਂ ਵਗੈਰਾ ਖਿੱਚ ਕੇ ਇਹ ਤਿੰਨੇ ਨੌਜਵਾਨ ਬਾਹਰ ਖੜ੍ਹੇ ਸੀ, ਤਾਂ ਸਿੱਧਾ ਆ ਕੇ ਟਰੱਕ ਇਹਨਾਂ ਦੇ ਵਿੱਚ ਵੱਜਦੇ ਨੇ ਅਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ। ਆਓ ਪੁਲਿਸ ਦਾ ਕੀ ਕਹਿਣਾ ਇਸ ਉੱਪਰ, ਉਹਨਾਂ ਨੇ ਕੀ 302 ਧਾਰਾ ਦੇ ਤਹਿਤ ਟਰੱਕ ਡਰਾਈਵਰਾਂ 'ਤੇ ਮਾਮਲਾ ਦਰਜ ਕੀਤਾ ਹੈ ਜਾਂ ਫਿਰ ਕੋਈ ਹੋਰ ਧਾਰਾ ਵਰਤੀ ਗਈ ਹੈ, ਆਓ ਜਾਣਦੇ ਹਾਂ। ਫੋਟੋਗ੍ਰਾਫਰ ਦੋ ਲੜਕੋ ਕੋ ਲੈ ਕੇ ਆਇਆ, ਇੱਕ ਲੜਕਾ ਈ ਰਿਕਸ਼ਾ ਵਾਲਾ, ਵਹਾਂ ਪਟਾਕੇ ਲੈ ਕੇ ਗਿਆ ਥਾ। ਤੋ ਇਹ ਪੈਲਸ ਕੇ ਬਾਹਰ ਖੜੇ ਥੇ ਕੱਚੇ ਮੇਂ, ਉਧਰ ਸੇ ਟਰੱਕ ਆਇਆ, ਛਸੌਲੀ ਕੀ ਤਰਫ ਸੇ ਟਰੱਕ ਆਇਆ ਔਰ ਜਗ੍ਹਾ ਤਰੀ ਕੀ ਤਰਫ ਸੇ ਜਾਤੇ ਹੋਏ ਟਰੱਕ ਮੇਂ ਟਕਰਾਇਆ ਔਰ ਅਨਬੈਲੈਂਸ ਹੋ ਗਏ, ਤਿੰਨੋਂ ਲੜਕੋ ਕੋ ਬਾਹਰ ਖੜੇ ਕੇ ਪਛੜ ਗਏ, ਇਨਕੀ ਮੌਕੇ ਵਾਲੀ ਮੌਤ ਹੀ ਗਈ। ਤੋ ਸਰ ਪਹਿਚਾਣ ਹੋ ਪਈ ਹੈ ਮ੍ਰਿਤਕ ਕੀ? ਤਿੰਨੋਂ ਮ੍ਰਿਤਕ ਕੀ ਪਹਿਚਾਣ ਹੈਗੀ, ਟਰੱਕ ਡਰਾਈਵਰ ਕੋ ਪਹਿਚਾਣ। ਤੋ ਸਰ ਕਿਆ ਕਿਆ ਨਾਮ ਹੈ ਇਨਕੇ? ਇੱਕ ਸ਼ਿਵ ਪੂਜਨ ਹੈ, ਉਹ ਤਾਂ ਅੰਬਾਲਾ ਕੈਂਟ 'ਚ ਹੈ, ਇੱਕ ਕਰਨ ਹੈ, ਕਰਨ ਗੁਲਾਬ ਨਗਰ 'ਚ ਹੈ, ਇੱਕ ਕੰਤਪੁਰ ਕਾ। ਤੋ ਟਰੱਕ ਮੈਂ ਕਿਆ ਥਾ ਜੀ, ਕੁਛ ਪਤਾ ਲੱਗਾ? ਟਰੱਕ ਖਾਲੀ ਸਰ, ਖਾਲੀ ਦੋਨੋਂ ਟਰੱਕ ਖਾਲੀ ਸੀ, ਦੋਨੋਂ ਖਾਲੀ ਸੀ। ਤੋ ਅਭੀ ਸਰ ਕਿਆ ਕਾਰਵਾਈ ਕੀ ਜਾ ਰਹੀ ਹੈ? ਅਭੀ FIR ਦਰਜ ਕਰ ਦਿੱਤੀ ਹੈ ਖਿਲਾਫ, ਤੇ ਫੋਟੋ ਅਭੀ ਪੋਸਟਮਾਰਟਮ ਕਰ ਰਹੇ ਹਾਂ। ਤੋ ਫੋਟੋਗ੍ਰਾਫੀ ਕਰੇ ਤੇ ਜਾਂ ਵੈਸੇ ਖੜੇ ਤੇ? ਨਹੀਂ, ਵੈਸੇ ਖੜੇ ਤੇ। ਇਹਨਾਂ ਤਿੰਨ ਨੌਜਵਾਨਾਂ ਦੀ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹਨਾਂ ਦੀ ਜਾਨ ਭੰਗ ਦੇ ਭਾਣੇ ਚਲੀ ਗਈ। ਦਰਅਸਲ ਇਹ ਤਿੰਨੇ ਨੌਜਵਾਨ ਫੋਟੋਗ੍ਰਾਫਰ ਨੇ, ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਸੀ ਅਤੇ ਇੱਕ ਮੈਰਿਜ ਪੈਲਸ ਦੇ ਬਾਹਰ ਡਿਊਟੀ ਕਰਨ ਤੋਂ ਬਾਅਦ, ਯਾਨੀ ਕਿ ਤਸਵੀਰਾਂ ਖਿੱਚਣ ਤੋਂ ਬਾਅਦ ਇਹ ਬਾਹਰ ਖੜ੍ਹੇ ਹੋਏ ਸੀ, ਤਾਂ ਦੇਰ ਰਾਤ ਦੋ ਟਰੱਕ ਆਪਸ ਦੇ ਵਿੱਚ ਟਕਰਾਉਂਦੇ ਨੇ ਅਤੇ ਬੇਕਾਬੂ ਹੋ ਕੇ ਸਦਾ ਇਹਨਾਂ ਦੇ ਵਿੱਚ ਆ ਕੇ ਵੱਜਦੇ ਨੇ ਅਤੇ ਇਹਨਾਂ ਨੂੰ ਦਰੜ ਦਿੰਦੇ ਨੇ, ਜਿਸ ਕਰਕੇ ਤਿੰਨਾਂ ਦੀ ਹੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਤਾਂ ਬਹੁਤ ਹੀ ਮੰਦਭਾਗੀ ਖਬਰ ਹੈ। ਪੌਂਟਾ ਸਾਹਿਬ ਹਾਈਵੇ ਤੋਂ ਯਮੁਨਾਨਗਰ ਨੇੜਿਓਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਤਿੰਨ ਨੌਜਵਾਨਾਂ ਦੀ ਤਾਜ ਪੈਲਸ ਦੇ ਬਾਹਰ ਮੌਤ ਹੋ ਗਈ ਹੈ। ਦਰਅਸਲ ਦੋ ਟਰੱਕ ਆਪਸ ਦੇ ਵਿੱਚ ਟਕਰਾਉਂਦੇ ਨੇ, ਸਿੱਧਾ ਆ ਕੇ ਇਹਨਾਂ ਫੋਟੋਗ੍ਰਾਫਰਾਂ ਦੇ ਵਿੱਚ ਵੱਜਦੇ ਨੇ, ਜਿਸ ਕਰਕੇ ਇਹਨਾਂ ਦੀ
ਜਾਨ ਚਲੀ ਜਾਂਦੀ ਹੈ। ਤਾਂ ਸੜਕ ਕਿਨਾਰੇ ਖੜ੍ਹੇ ਸੀ, ਇਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਨਾਂ ਦੀ ਮੌਤ ਇੰਝ ਜਾਵੇਗੀ। ਤਾਂ ਤਿੰਨਾਂ ਦੇ ਤਿੰਨੇ ਦੋਸਤ ਮੌਕੇ 'ਤੇ ਹੀ ਇਹਨਾਂ ਦੀ ਜਾਨ ਚਲੀ ਜਾਂਦੀ ਹੈ। ਹਾਦਸਾ ਤੁਹਾਨੂੰ ਦੱਸ ਦਈਏ, ਛਛਰੌਲੀ ਪੌਂਟਾ ਸਾਹਿਬ ਨੈਸ਼ਨਲ ਹਾਈਵੇ 'ਤੇ ਹੋਇਆ ਹੈ। ਦੋ ਟਰੱਕਾਂ ਦੀ ਪਹਿਲਾਂ ਟੱਕਰ ਹੁੰਦੀ ਹੈ, ਜਿਸ ਤੋਂ ਬਾਅਦ ਉਹ ਟਰੱਕ ਸਿੱਧਾ ਇਹਨਾਂ ਨੂੰ ਦਰੜਦੇ ਹੋਏ ਕੰਧ 'ਚ ਵੱਜਦੇ ਨੇ, ਜਿਸ ਕਰਕੇ ਇਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਤਿੰਨੇ ਨੌਜਵਾਨਾਂ ਦੀ ਪਹਿਚਾਣ ਹੋ ਗਈ ਹੈ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਅੰਬਾਲਾ ਕੈਂਟ ਦਾ ਰਹਿਣ ਵਾਲਾ ਦੱਸਿਆ ਹੈ ਅਤੇ ਦੋ ਜਿਹੜੇ ਬਾਕੀ ਨੌਜਵਾਨ ਨੇ ਉਹ ਯਮੁਨਾਨਗਰ ਦੇ ਦੱਸੇ ਜਾ ਰਹੇ ਨੇ। ਤਾਂ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਕਰਕੇ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ, ਪਰਿਵਾਰਕ ਮੈਂਬਰਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ। ਅਤੇ ਤਾਂ ਦੱਸ ਦਈਏ ਕਿ ਫੋਟੋਗ੍ਰਾਫਰ ਵਿਆਹ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਆਏ ਸੀ। ਇਹਨਾਂ ਦੀ ਇਹਨਾਂ ਨੇ ਕੰਮ ਫੜਿਆ ਸੀ ਇਸ ਮੈਰਿਜ ਦਾ, ਜਿਹੜੀ ਕਿ ਤਾਜ ਦੇ ਵਿੱਚ ਹੋਣੀ ਸੀ। ਤਾਂ ਫੰਕਸ਼ਨ ਪੂਰਾ ਭੁਗਤਾ ਕੇ ਫੋਟੋਆਂ ਵਗੈਰਾ ਖਿੱਚ ਕੇ ਇਹ ਤਿੰਨੇ ਨੌਜਵਾਨ ਬਾਹਰ ਖੜ੍ਹੇ ਸੀ, ਤਾਂ ਸਿੱਧਾ ਆ ਕੇ ਟਰੱਕ ਇਹਨਾਂ ਦੇ ਵਿੱਚ ਵੱਜਦੇ ਨੇ ਅਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ। ਆਓ, ਪੁਲਿਸ ਦਾ ਕੀ ਕਹਿਣਾ ਇਸ ਉੱਪਰ, ਉਹਨਾਂ ਨੇ ਕੀ 302 ਧਾਰਾ ਦੇ ਤਹਿਤ ਟਰੱਕ ਡਰਾਈਵਰਾਂ 'ਤੇ ਮਾਮਲਾ ਦਰਜ ਕੀਤਾ ਹੈ ਜਾਂ ਫਿਰ ਕੋਈ ਹੋਰ ਧਾਰਾ ਵਰਤੀ ਗਈ ਹੈ, ਆਓ ਜਾਣਦੇ ਹਾਂ। ਫੋਟੋਗ੍ਰਾਫਰ ਦੋ ਲੜਕੋ ਕੋ ਲੈ ਗਿਆ, ਇੱਕ ਲੜਕਾ ਈ ਰਿਕਸ਼ਾ ਵਾਲਾ, ਵਹਾਂ ਪਟਾਕੇ ਲੈ ਕੇ ਗਿਆ। ਤੋ ਇਹ ਪੈਲੇਸ ਕੇ ਬਾਹਰ ਖੜੇ ਸੀ ਕੱਚੇ ਨੇ, ਉਧਰ ਸੇ ਟਰੱਕ ਆਇਆ, ਚਸੋਲੀ ਕੀ ਤਰਫ ਸੇ ਟਰੱਕ ਆਇਆ ਔਰ ਜਗ੍ਹਾ ਤਰੀ ਕੀ ਤਰਫ ਸੇ ਜਾਤੇ ਹੋਏ ਟਰੱਕ ਮੇਂ ਟਕਰਾਇਆ ਔਰ ਅਨਬੈਲੈਂਸ ਹੋ ਗਏ, ਤਿੰਨੋਂ ਲੜਕੋ ਪਰ ਬਾਹਰ ਖੜੇ ਕੇ ਪਚੜ ਗਏ। ਇਨਕੀ ਮੌਕੇ ਵਾਲੀ ਮੌਤ ਹੋ ਗਈ। ਤੋ ਸਰ ਪਹਿਚਾਣ ਹੋ ਪਈ ਹੈ ਮ੍ਰਿਤਕ ਦੀ? ਤਿੰਨੋਂ ਮ੍ਰਿਤਕ ਦੀ ਪਹਿਚਾਣ ਹੈਗੀ, ਟਰੱਕ ਡਰਾਈਵਰ ਦਾ ਪਹਿਚਾਣ। ਤੋ ਸਰ ਕਿਆ ਕਿਆ ਨਾਮ ਹੈ ਇਨਕੇ? ਇੱਕ ਸ਼ਿਵ ਪੂਜਨ ਹੈ, ਉਹ ਤਾਂ ਮਾੜਾ ਕੈਂਟ 'ਚ ਹੈ। ਇੱਕ ਕਰਨ ਹੈ, ਕਰਨ ਗੁਲਾਬ ਨਗਰ 'ਚ ਹੈ। ਇੱਕ ਕੰਤਪੁਰ ਕਾਲਜ ਦਾ। ਤੋ ਟਰੱਕ ਮੈਂ ਕਿਆ ਥਾ ਜੀ, ਕੁਛ ਪਤਾ ਲੱਗਾ? ਟਰੱਕ ਖਾਲੀ ਸਰ, ਖਾਲੀ। ਦੋਨੋਂ ਟਰੱਕ ਖਾਲੀ ਸੀ? ਦੋਨੋਂ ਖਾਲੀ ਸੀ। ਤੋ ਅਭੀ ਸਰ ਕਿਆ ਕਾਰਵਾਈ ਕੀ ਜਾ ਰਹੀ? ਅਭੀ FIR ਦਰਜ ਕਰ ਦੀਏ ਖਿਲਾਫ਼। ਤੇ ਫੋਟੋ ਅਭੀ ਪੋਸਟਮਾਰਟਮ ਕਰ ਰਹੇ। ਤੋ ਫੋਟੋਗ੍ਰਾਫੀ ਕਰੇ ਤੇ ਜਾਂ ਵੈਸੇ ਹੀ ਖੜੇ ਤੇ? ਨਹੀਂ, ਵੈਸੇ ਹੀ ਖੜੇ ਤੇ।